ਦਰبار صاحب ਤੇ اٹੈਕ ਕਰਨ ਵਾਲਾ ਜਰਨਲ ਵੈਦਿਆ ਜਿਹੜਾ ਫੌਜਦਾ ਮੁਖੀ ਸੀ ਜੀ ਹਾਲਾਂਕਿ ਉਹਨੂੰ ਏਜੰਸੀਆਂ ਨੇ ਕਹਿਣਾ ਹੁੰਦਾ ਉਹ ਆਪਣੇ ਆਪ ਤੇ ਤਾਂ ਹੁੰਦਾ ਨਹੀਂ ਹਾਂਜੀ ਹਾਂ ਪਰ ਖੋਇਆ ਤਾਂ ਉਹਦੇ ਹੱਥ ਹੀ ਆ ਨਾ ਗਨਾਹ ਹਮ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਸੁਖਦੇਵ ਸਿੰਘ ਸੁੱਖਾ ਹਮ ਇਹ ਦੋਨੋਂ ਬੰਦਿਆਂ ਨੇ ਉਹਨੂੰ ਮਾਰਿਆ ਪੁੰਨੇ ਜਾ ਕੇ ਜੀ ਫੜ ਹੋਇਆ ਜੇਲ੍ਹ ਚ ਹੋਇਆ ਸੁਖ ਪਾਇਆ ਇਹ ਸੁੱਖਾ ਭਾਈ ਜਿੰਦਾ ਜੀ ਜਦੋਂ ਜੇਲ੍ਹ ਵਿੱਚ ਸੀ ਜਦੋਂ ਤਰੀਕ ਪਈ ਆ ਜਗਦੀਪ ਜੀ ਇਹਨਾਂ ਦੀ ਹਾਂਜੀ ਤਾਂ ਜੱਜ ਨੇ ਕਿਹਾ ਕਿ ਭਾਈ ਤੁਸੀਂ ਕੋਈ ਗੱਲ ਨਹੀਂ ਜੇ ਤੁਹਾਡਾ ਵਕੀਲ ਨਹੀਂ ਹੈਗਾ ਤਾਂ ਇਹ ਕਾਨੂੰਨ ਵਿੱਚ ਵਿਵਸਥਾ ਹੈ ਕਿ ਤੁਹਾਨੂੰ ਅਸੀਂ ਸਰਕਾਰੀ ਵਕੀਲ ਲੰਦੇ ਆ ਹਾਂਜੀ ਹਾਂ ਉਹ ਕਹਿੰਦੇ ਵੀ ਜੱਜ ਸਾਹਿਬ ਵਕੀਲ ਤਾਂ ਬੰਦਾ ਤਾਂ ਮੰਗਦਾ ਹੈ ਕਿ ਮੇਤੇ ਭਾਵਕ ਪਨੇ ਵਿੱਚ ਹੋ ਗਿਆ ਕੰਮ ਇਹ ਤਾਂ ਕਿ ਉਹ ਵਕੀਲ ਜੱਜ ਨੂੰ ਸਫਾਈ ਦਊਗਾ ਵੀ ਇਹਨਾਂ ਦੀ ਰੈਤ ਕਰੀ ਜਾਵੇ ਜੀ ਜੀ ਇਹ ਸੱਤੇ ਗਲਤੀ ਗਲ ਹੋ ਗਿਆ ਬੇਪਛਾਣੇ ਚ ਹੋ ਗਿਆ ਨਸ਼ੇ ਚ ਹੋ ਗਿਆ ਹੂੰ ਉਹ ਕਹਿੰਦੇ ਵਕੀਲ ਤਾਂ ਅਸੀਂ ਤਾਂ ਮੰਗਈਏ ਜੇ ਅਸੀਂ ਕਿਸੇ ਭਲੇਖੇ 'ਚ ਕਰਿਆ ਹੋਵੇ ਜੀ ਕਿ ਅਸੀਂ ਤਾਂ ਖੁਸ਼ ਹੋਏ ਆ ਕਰਕੇ ਅਸੀਂ ਤੁਹਾਡੇ ਕੋਲ ਆ ਗਏ ਵੀ ਜੋ ਅਸੀਂ ਕੰਮ ਕਰਨਾ ਤਾਂ ਉਹਨੇ ਕਰਨਾ ਤਾਂ ਉਹਨੇ ਕਰਤਾ ਸੇਵਾ ਕਰਤੀ ਅਸੀਂ ਉਹ ਸਰਕਾਰ ਦੇ ਹੁਕਮ ਵਿੱਚ ਬੰਨਿਆ ਵਾਸੀ ਜੀ ਜੀ ਅਸੀਂ ਬਾਜਾਂ ਵਾਲੇ ਦੀ ਸਰਕਾਰ ਦੇ ਹੁਕਮ ਵਿੱਚ ਵੱਜੇ ਵੇਤੇ ਦੋਹਾਂ ਨੇ ਆਪਣਾ ਆਪਣਾ ਕੰਮ ਕਰਿਆ ਹੂੰ ਸਾਡੀ ਦੁਸ਼ਮਣੀ ਕੋਈ ਨਹੀਂ ਉਹਦੇ ਨਾਲ ਲੇਕਿਨ ਸਾਡੀ ਸਰਕਾਰ ਨੇ ਸਾਡੀ ਆਤਮਾ ਨੂੰ ਝੰਜੋੜਿਆ ਝੰਜੋੜਿਆ ਕਿ ਜਾਓ ਬਈ ਤੇ ਉਹਨੂੰ ਸਰਕਾਰ ਨੇ ਝੰਜੋੜਿਆ ਸੀ ਜੀ ਜੀ ਤੇ ਸਾਨੂੰ ਤਾਂ ਕਿਸੇ ਜੱਜ ਦੀ ਲੋੜ ਨਹੀਂ ਹੈਗੀ ਕਿਸੇ ਵਕੀਲ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਤੁਹਾਡੇ ਕੋਲ ਖੁਦ ਹੀ ਮੰਨ ਰਹੇ ਆ ਹਾਂਜੀ ਹਾਂ ਜੋ ਕਰਨਾ ਕਰੋ ਉਹ ਜੱਜ ਇਹ ਗੱਲ ਤੇ ਬੜਾ ਪ੍ਰਭਾਵਿਤ ਹੋਇਆ ਕਿ ਮੈਂ ਪਹਿਲੀ ਵਾਰੀ ਇਸ ਜ਼ਿੰਦਗੀ ਚ ਕੇਸ ਦੇਖਿਆ ਕਿ ਕੋਈ ਬੰਦਾ ਇਹ ਕਹਿੰਦਾ ਹੋਵੇ ਕਿ ਮੈਨੂੰ ਵਕੀਲ ਦੀ ਲੋੜ ਨਹੀਂ ਹੈਗੀ ਇਹ ਗੱਲ ਇਤਿਹਾਸਕ ਆ ਇੱਕ ਕਿ ਦੋਨੋਂ ਬੰਦੇ ਨੂੰ ਜਿਸ ਦਿਨ ਫਾਂਸੀ ਦੀ ਸਜ਼ਾ ਮੁਕਰਰ ਕੀਤੀ ਜੀ ਕਿਉਂਕਿ 9 ਅਕਤੂਬਰ 1992 ਨੂੰ ਇਹਨਾਂ ਨੂੰ ਫਾਂਸੀ ਦਿੱਤੀ ਦੋਨਾਂ ਨੂੰ 9 ਅਕਤੂਬਰ ਤੋਂ ਪਹਿਲਾਂ ਸਜ਼ਾ ਸੁਣਾਈ ਗਈ ਕੁਝ ਦਿਨ ਹੁੰਦੇ ਵਿੱਚ ਹਾਂਜੀ ਹਾਂ ਉਹ ਜੱਜ ਉਦੋਂ ਇਹ ਗੱਲਾਂ ਚੱਲੀਆਂ ਸੀ ਕਿ ਉਹ ਜੱਜ ਖੁਦ ਕਹਿ ਰਿਹਾ ਸੀ ਕਿ ਮੈਂ ਪਹਿਲੀ ਵਾਰ ਇਹ ਗੱਲ ਦੇਖੀ ਆ ਕਿ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਉਹਨਾਂ ਨੇ ਜਕਾਰੇ ਗਿਜਾਈ ਹੂੰ ਉਹ ਅਕਾਲ ਪੁਰਖ ਦਾ ਸ਼ੁਕਰ ਕਰਿਆ ਕਿ ਸੱਚੇ ਬਾਦਸ਼ਾਹ ਇਹ ਸਰੀਰ ਅੱਜ ਕੌਮ ਦੇ ਲੇਖੇ ਲੱਗ ਗਿਆ ਹੂੰ ਉਹਨਾਂ ਨੇ ਇਹ ਗੱਲ ਸੁਣੀ ਵੀ ਸੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਇਹ ਸਰੀਰ ਆ ਮੇਰੇ ਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਵਾਹਿਗੁਰੂ ਉਹ ਕਹਿੰਦੇ ਜੀ ਅਸੀਂ ਇੱਕੇ ਨਹੀਂ ਚਲੇ ਜਾਂਦੇ ਸਾਨੂੰ ਫਟਕਾਰਾਂ ਪਾਉਣੀਆਂ ਤੇ ਗੁਰੂ ਅਮਰਦਾਸ ਨੇ ਹੂੰ ਉਹ ਕਹਿੰਦੇ ਵੀ ਅਸੀਂ ਨਹੀਂ ਕਰਨਾ ਲੇਕਿਨ ਜੱਜ ਇਹ ਗੱਲ ਕਹਿ ਰਿਹਾ ਕਿ ਮੈਂ ਪਹਿਲੀ ਵਾਰੀ ਵੇਖਿਆ ਹੈ ਹੂੰ ਕਿ ਜਿੱਦ ਦਿਨ ਉਹਨਾਂ ਦੀ ਉਹਨਾਂ ਨੂੰ ਸਜ਼ਾ ਸੁਣਾਈ ਫਾਂਸੀ ਦੀ ਉਸ ਦਿਨ ਉਹਦਾ ਭਜਨ ਤੋਲਿਆ ਉਹ ਤਾਂ ਫਿਰ ਕੁਝ ਦਿਨ ਬਾਅਦ ਵਜਨ ਥੋਲਿਆ ਜੀ ਕਿਉਂਕਿ ਤੋਲਦੇ ਹੋਣੇ ਮੈਡੀਕਲ ਗੱਲ ਆ ਕੋਈ ਉਹਦੇ ਵਿੱਚ ਵਜਨ ਘਟਦਾ ਹੈ ਹਰੇਕ ਜੀ 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 ਕੋਈ ਜਦੋਂ ਸਾਹਮਣੇ ਪਤਾ ਹੋਵੇ ਮੌਤ ਆ ਹਾਂਜੀ ਹਾਂ ਕਹਿੰਦਾ ਮੈਂ ਪਹਿਲੀ ਵਾਰੀ ਦੇਖਿਆ ਕਿੰਨਾ ਦਾ ਵਜਨ ਵਧਿਆ ਹੈ ਅੱਛਾ ਉਹ ਜੱਜ ਆਪਣੀ ਤੀਵੀ ਨੂੰ ਆਪਣੀ ਬੇਟੀ ਨੂੰ ਜੀ ਜਦ ਘਰ ਜਾ ਕੇ ਦੱਸਿਆ ਉਹਨੇ ਉਹ ਕਹਿੰਦੀ ਆ ਵੀ ਅਸੀਂ ਇੱਕ ਵਾਰੀ ਆਪਣੇ ਵੀਰੇ ਦੇ ਦਰਸ਼ਨ ਕਰਨੇ ਆ ਹੂੰ ਉਹੋ ਬੰਦਾ ਜੱਜ ਆਪਣੀ ਤੀਵੀ ਨੂੰ ਤੇ ਉਹਨੂੰ ਮਲਾਕੇ ਲੈ ਗਿਆ ਪਾਇਰ ਜਿੰਦਨ ਨੂੰ ਸੁਖੇ ਨੂੰ ਇਹ ਵੀ ਗੱਲ ਚੱਲੀ ਸੀ ਕਿ ਉਹ ਫੋਟੋਆਂ ਲੈ ਕੇ ਗਏ ਅੱਜ ਵੀ ਉਹਦੇ ਘਰਾਂ ਫੋਟੋਆਂ ਲੱਗੀਆਂ ਇਹ ਦੋਨੋਂ ਸੂਰਮਿਆਂ ਦੀਆਂ ਤੇ ਅਗਲੀ ਗੱਲ ਜਦੋਂ ਸੁਖੇ ਜਿੰਦੇ ਨੂੰ ਫਾਂਸੀ ਦਿੱਤੀ ਆ 9 ਅਕਤੂਬਰ ਨੂੰ ਉਸ ਦਿਨ ਪੁੱਛਦੇ ਆ ਕਿ ਤੇਰਾ ਆਖਰੀ ਇੱਛਾ ਹੈ ਜੀ ਉਹ ਕਹਿੰਦੇ ਵੀ ਸਾਡੀ ਆਖਰੀ ਇੱਛਾ ਹੀ ਆ ਕਿ ਜਦੋਂ ਕਿਸੇ ਨੌਜਵਾਨ ਦਾ ਵਿਆਹ ਹੁੰਦਾ ਆਪਣੇ ਸਰੀਕੇ ਕਬੀਲੇ ਨੂੰ ਮਠਿਆਈਆਂ ਖਵਾਉਂਦਾ ਹਾਂਜੀ ਹਾਂ ਰੋਟੀ ਪਾਣੀ ਹੁੰਦਾ ਵੇ ਸਾਡੀ ਕਾਖਰੀ ਇੱਛਾ ਜੇਲ੍ਹ ਦੇ ਸੁਪਰਡੈਂਟ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੁਣ ਬਹੁਤ ਦੇਰ ਤੋਂ ਜੇਲ੍ਹ ਚ ਜਿੰਨੇ ਇੱਥੇ ਕੈਦੀ ਆ ਇਹ ਸਾਡਾ ਭਾਈਚਾਰਾ ਸ੍ਰੀਕਾ ਹੈ ਹਮ ਅੱਜ ਸਾਡਾ ਵਿਆਹ ਹੈ ਦੋਹਾਂ ਦਾ ਸਾਡੀ ਬਸ ਇੱਕੋ ਹੀ ਫਰਮਾਇਸ਼ ਆ ਕਿ ਸਾਰਿਆਂ ਨੂੰ ਰੋਟੀ ਪਾਣੀ ਛਾਹੀ ਬਰਾਤ ਵਾਂਗੂ ਮਠਿਆਈਆਂ ਹਮ ਔਰ ਇਹ ਖਲਾਈਆਂ ਉੱਥੇ ਉਹਨਾਂ ਨੇ ਨਾ ਤੋ ਕੇ ਇਸ਼ਨਾਨ ਕਰਕੇ ਮਹਾਰਾਜ ਦਾ ਨਾਮ ਲੈ ਕੇ ਪਾਠ ਕਰਕੇ ਉਹ ਚੜੇ ਆ ਫਾਂਸੀ ਤੇ ਉਹ ਬੰਦੇ